ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਆਮਿਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਤੁਸੀਂ ਸਾਡੇ ਇੱਥੇ ਪਏ ਹੋਏ ਯੂਟਿਊਬ ਚੈਨਲ ਸਰੈਕੀ ਪੁਆਇੰਟ। ਨਾਜ਼ਰੀਨ, ਉਮੀਦ ਕਰੇ ਨਾ ਕਿ ਤੁਸੀਂ ਸਾਰੇ ਠੀਕ ਹੋ ਸੋ ਅਤੇ ਖੈਰ ਖੈਰੀਅਤ ਨਾਲ ਹੋ ਸੋ। ਅਤੇ ਨਾਜ਼ਰੀਨ, ਅੱਜ ਜਿਹੜੀ ਮੇਰੀ ਵੀਡੀਓ ਹੈ ਉਹ ਹੈ ਦਿਹਾਤ 'ਤੇ, ਕਿਉਂਕਿ ਅਸਾਂ ਦਿਹਾਤੀ ਇਲਾਕੇ ਰਹਿੰਦੇ ਹਾਂ ਅਤੇ ਮੈਂ ਅੱਜ ਉਸ 'ਤੇ ਦਿਹਾਤ 'ਤੇ ਵੀਡੀਓ ਬਣਾਈ ਹੈ ਕਿ ਦਿਹਾਤ 'ਚ ਲੋਕ ਕਿਵੇਂ ਰਹਿੰਦੇ ਨੇ, ਕਿਵੇਂ ਜ਼ਿੰਦਗੀ ਗੁਜ਼ਰਦੇ ਨੇ ਅਤੇ ਉਹਨਾਂ ਦਾ ਰਹਿਣ ਸਹਿਣ ਕਿਵੇਂ। ਮੈਂ ਥੋੜ੍ਹੀ ਜਿਹੀ ਉਹਦੇ ਮੁਤਾਲਕ ਵੀਡੀਓ ਬਣਾਈ ਹੈ ਅਤੇ ਕਲਿੱਪ ਬਣਾਏ ਛੋਟੇ ਛੋਟੇ, ਅਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਿੰਦਾ ਪਿਆ। ਅਤੇ ਉਸ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਿਆ ਸਾਂ ਤੁਹਾਡੇ ਨਾਲ ਕਿ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਅਤੇ ਸ਼ੇਅਰ ਲਾਜ਼ਮੀ ਕੀਤਾ ਕਰੋ, ਕਿਉਂਕਿ ਤੁਸੀਂ ਜਿਤਨਾ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੇ ਸੋ ਉਤਨਾ ਜ਼ਿਆਦਾ ਲੋਕਾਂ ਤੱਕ ਪਹੁੰਚ ਸੀ। ਇੱਕ ਬੰਦਾ ਕਰੇ ਸੀ ਅੱਗੋਂ ਵੱਧ, ਉਹ ਅੱਗਾਂ ਬੈਨ ਨੂੰ ਕਰੇ ਸੀ, ਅੱਗਾਂ ਉਹ ਬੈਨ ਨੂੰ ਕਰੇ ਸੀ, ਇਸ ਤਰ੍ਹਾਂ ਨਾਲ ਇੱਕ ਜਿਹੜਾ ਨਾ ਨੈਟਵਰਕ ਬਣਦਾ ਹੋਇਆ ਸੀ ਅਤੇ ਵੀਡੀਓ ਜ਼ਿਆਦਾ ਜ਼ਿਆਦਾ ਲੋਕਾਂ ਤੱਕ ਪਹੁੰਚ ਸੀ। ਅਤੇ ਹੁਣ ਆਪਾਂ ਵੀਡੀਓ ਕਰਨੇ ਸ਼ੁਰੂ। Thank you.
हाँ जी, उम्मीद करें ना कि तुहानू मेरी वीडियो पसंद आई हो सी। तो दोबारा एक बार मैं आखसा कि मेरे चैनल को सबसक्राइब करो, लाइक करो तो शेयर करो। उस तो इलावा मेरा फेसबुक पेज भी है, वह भी सरैकी पॉइंट टू के नाँ तो है, तो उसते भी फॉलो करो। तो वो मैं उस उत्थे वीडियो चाहना उत्थे केर भी मैं लिंक जरा शेयर कर दे सू के भी तुम यूट्यूब पर आ सकते वे। तो दुआ में याद रखा है, इंशाल्लाह नवी वीडियो नाल दोबारा मिलसूँ। अल्लाह हाफिज़।